अरे तोड़े डैडी की डैडी का तो मलबा ही है और तेरी आई चुप नथिंग नो गुड वो तो मैं अब्बा जी नाल वादा किया सी कि रंगीला जी का ध्यान रखांगा वरना शराब पीना ते कुजा शराब नू हाथ लाना भी मेरे मजहब च हराम है नहीं मेरी भी सुन लो किते मैं मम्मी डैडी दा हाल देख लो हुन मैंने रोकियो ना चाचे ले जा नाल ना जाना किते टट्टे खूंच जा हां फिर वाला साहब नू ले जा ओ टीना पुत्र शुक्र है गटर नू ढक्कन लगा है यूके है ना तुसी इत्थे रुको मैं पुत्र अद्धी रात दा टाइम है नेरा बड़ा डर लगू नहीं लगदा पुत्र मैं तेरी नहीं अपनी गल करदा सीगा मेरा ख्याल है डर दे मारे दिल धड़क गया इस तो पहले कि माहौल होर नमकीन होवे मैं भी ये मगर ही चलदा ओ काटर साहब ओ फरिश्ता फरिश्ते ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਤੁਹਾਨੂੰ ਬਾਹਰ ਰਹਿਣ ਨੂੰ ਕਿਹਾ ਸੀ ਨਾ ਮੈਂ ਕਿਹਾ ਤੂੰ ਕਿਧਰੇ ਡਰਦੀ ਨਾ ਹੋਵੇਂ ਮੈਂ ਤੇ ਤੈਨੂੰ ਕੰਪਨੀ ਦੇਣ ਲਈ ਆਇਆ ਸੀ ਮੈਂ ਕਿਹੜੇ ਨੂੰ ਕਹੀ ਤੁਸੀਂ ਆ ਕੇ ਤਾਂ ਮੇਰੇ ਫੋਨ ਲੱਭੋ ਫੋਨ ਆ ਰਿਹਾ ਆ ਫੋਨ ਤੇਰਾ ਹੈ ਅੱਛਾ ਚਲੋ ਚੱਲਦੇ ਹਾਂ ਕਾਟਰ ਸਾਹਿਬ ਉੱਠੋ ਫੋਨ ਲੱਭ ਗਿਆ ਕਾਟਰ ਸਾਹਿਬ ਨੇ ਨਹੀਂ ਉੱਠਣਾ ਮੈਂ ਨਾ ਤਾਂ ਸਰ ਪਾੜਤਾ ਸੀ ਪਲੀਜ਼ ਕਿਸੇ ਨੂੰ ਨਾ ਦੱਸਿਆ ਚਾਚਾ ਜੀ ਮੈਨੂੰ ਕੀ ਲੋੜ ਹੈ ਕਿਸੇ ਨੂੰ ਦੱਸਣ ਦੀ ਇਹ ਜਦੋਂ ਹੋਸ਼ ਆਊਗਾ ਚਾਂਗਣਾ ਹੀ ਨਹੀਂ ਆ ਮਾਰੂ ਪੂਰਾ ਮਹੱਲਾ ਇਕੱਠਾ ਹੋ ਜੂ ਅੱਛਾ ਫਿਰ ਆਪਾਂ ਹੁਣ ਕੀ ਕਰੀਏ ਠਹਿਰੋ ਮੈਂ ਗੱਲ ਕਰਦਾ ਹਾਂ 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 ਅਕਾਟਰ ਸਾਹਿਬ ਸਾਡੀ ਕੁੜੀ ਨੇ ਤੁਹਾਡਾ ਸਿਰ ਪਾੜਿਆ ਤੁਸੀਂ ਇਹਦਾ ਸਿਰ ਪਾੜ ਦਿਓ ਸਭ ਬਰਾਬਰ ਠੀਕ ਹੈ ਮੇਰੀ ਤਾਂ ਨਿੱਕੀ ਜੀ ਸਿਰੀ ਹੈ ਪੁੱਤਰ ਮੇਰੀ ਸਿਰੀ ਪਾੜ ਗਈ ਤੇ ਬਾਕੀ ਕੀ ਬਚੂਗਾ ਚੁੱਪ ਮੈਂ ਆਪ ਗੱਲ ਕਰਦੀ ਪਾਸੇ ਹੋ ਜਾ ਕਾਟਰ ਉੱਠ ਜਾ ਕਾਟਰ ਚਾਹਤਾ ਡਰਾਮੇ ਕਰਨ ਦੇ ਲੋਨੀ ਮੈਨੂੰ ਪਤਾ ਤੂੰ ਡਰਾਮੇ ਕਰੇ ਉੱਠ ਜਾ ਮੈਨੂੰ ਨਹੀਂ ਲੱਗਦਾ ਇਹਨੇ ਛੇਤੀ ਉੱਠਣਾ ਕਿਉਂ ਤੂੰ ਇਹਨੂੰ ਅਲਾਰਮ ਲਾ ਕੇ ਬੇਹੋਸ਼ ਕੀਤਾ ਮੇਰਾ ਖਿਆਲ ਹੈ ਇਹਦੀ ਹੋਸ਼ ਤੋਂ ਆਉਣ ਤੋਂ ਪਹਿਲੇ ਇਹਦੀ ਤਮਾਰਦਾਰੀ ਕਰ ਦਿੰਦੇ ਹਾਂ ਇਹਦਾ ਨਾ ਗੁੱਸਾ ਠੰਡਾ ਹੋ ਜੂ ਬਹੁਤ ਵਧੀਆ ਆਈਡੀਆ ਚਲੋ ਉੱਠੋ ਅੱਗੋਂ ਦੰਦ ਕੱਢਣ ਡਿਆ ਓਏ ਬੰਦਾ ਕਿ ਸੀਮੜ ਦਾ ਗੱਟੂ ਏ ਸ਼ੁਕਰੀਆ ਹਲੇ ਤੱਕ ਬੇਹੋਸ਼ ਨੇ ਹੋਸ਼ ਚੋਣ ਤੋਂ ਪਹਿਲੇ ਪਹਿਲੇ ਦਿਮਾਗਦਾਰੀ ਕਰ ਦਿੰਨੇ ਆ ਪਾਪਾ ਜੀ ਪੈਰੀ ਪੈਣੀ ਆ ਮਾਸੀ ਪੈਰੀ ਪੈਣੀ ਆ ਹਾਏ ਹਾਏ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਮੁੰਡਾ ਵੇਖਣ ਆਇਆ ਮੈਂ ਤੇ ਆਪਣੀ ਗੁੱਤ ਵਿੱਚ ਫੁੱਲ ਹੀ ਟੰਗ ਲੈਂਦੀ ਉਹ ਖਾਲਾ ਜੀ ਕਿਹੜਾ ਟੇਸ਼ਨ ਫੜ ਲਿਆ ਜੇ ਇਸ ਉਮਰ 'ਚ ਤੁਸੀਂ ਫੁੱਲ ਟੰਗਣ ਦਾ ਕਹਿ ਰਹੇ ਹੋ ਇਸ ਉਮਰ 'ਚ ਤੁਹਾਡੇ ਫੁੱਲ ਚੁਗੇ ਜਾਣੇ ਸੀ ਹਾਏ ਮੁੰਡਾ ਤੇ ਸ਼ਰਮੀਲਾ ਹੀ ਬੜਾ ਮੇਰੇ ਹੱਥ ਲਾਉਂਦੇ ਹੀ ਬਰਫ਼ ਵਾਂਗੂ ਠੰਡਾ ਹੋ ਗਿਆ ਠੰਡਾ ਪੈ ਗਿਆ ਮੈਨੂੰ ਮੁੰਡਾ ਪਸੰਦ ਹੈ ਮੇਰੇ ਹੱਬੀ ਨਾਲ ਵਿਆਹ ਬਾਰੇ ਗੱਲਬਾਤ ਆਪੇ ਹੀ ਕਰ ਲੈਣਾ ਹਾਏ ਕਿਸ ਤਰ੍ਹਾਂ ਵੇਖਦੇ ਪਏ ਹੋ ਉਹ ਸ਼ੀਸ਼ੇ 'ਚ ਲੱਤਾਂ ਵੇਖ ਕੇ ਮੇਰਾ ਆਪਣਾ ਹਾਸਾ ਨਿਕਲ ਗਿਆ ਮੈਂ ਸਮਝਿਆ ਬਗਲਾ ਖਲੋਤਾ ਹੈ ਤੁਹਾਨੂੰ ਹਾਸਾ ਆਉਣ ਡਿਆ ਪੂਰੇ ਘਰ 'ਚੋਂ ਨਾਲਾ ਤੇ ਲੱਭਣ ਨਹੀਂ ਡਿਆ ਆਪਾਂ ਕੀ ਕਰਾਂਗੇ ਤੂੰ ਟੈਨਸ਼ਨ ਕਿਉਂ ਲੈਂਦੀ ਪੁੱਤ ਚਾਚਾ ਪੈਂਟ ਪਾ ਲੂਗਾ ਹਾਂ ਲੈ ਤੁਸੀਂ ਸਾਰੇ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਹੋ ਇੱਦਾਂ ਹੀ ਗੱਲਾਂ ਕਰਦੇ ਰਹੇ ਤਾਂ ਅਸੀਂ ਇਵੈਂਟ ਤੇ ਲੇਟ ਹੋ ਜਾਣਾ ਤੁਹਾਨੂੰ ਇਵੈਂਟ ਤੇ ਭਈਆ ਆਪਾਂ ਇਹਦਾ ਕੀ ਕਰਨਾ ਸਾਰੇ ਘਰ 'ਚ ਮੈਂ ਨਾਰਾ ਲੱਭੀ ਜਾਣ ਡਿਆ ਇਹ ਇੱਥੇ ਬੰਨ ਕੇ ਬੈਠਾ ਹੈ ਤੁਹਾਨੂੰ ਲਾਸ਼ ਨਹੀਂ ਦਿਖ ਰਹੀ ਯਾਨੀ ਮੈਂ ਹੁਣ ਨਾਲੇ ਦੀ ਜਗ੍ਹਾ ਲਾਸ਼ ਪਾ ਲਾਂ ਓਕੇ ਰੈਡੀ ਰੈਡੀ ਹਾਂ ਆਵਾਜ਼ ਕਿੱਥੋਂ ਆ ਰਹੀ ਆ ਲਾਸ਼ ਛੱਡ ਰਹੀ ਲਾਸ਼ ਨਹੀਂ ਛੱਡ ਰਹੀ ਇਹ ਛੱਡ ਰਿਹਾ ਅਸਲ 'ਚ ਨਾ ਮੇਰਾ ਪੁੱਤਰ ਜਦੋਂ ਮੇਰੇ ਤੇ ਖੌਫ ਤਾਰ ਰਹੀ ਹੋ ਜੇ ਫਿਰ ਮੇਰੇ ਕੋਲ ਕੰਟਰੋਲ ਨਹੀਂ ਹੁੰਦਾ ਇਸ ਤੋਂ ਪਹਿਲਾਂ ਕਿ ਮੈਂ ਕੰਟਰੋਲ ਤੋਂ ਬਾਹਰ ਹੋ ਜਾ ਇਹਨੂੰ ਡੇਗ ਦੀਏ ਜੇ ਸੁੱਟਣੀ ਹੈ ਯਾਰ ਤਾਂ ਨੇੜੇ ਜਾ ਕੇ ਸੁੱਟ ਦੇ ਸੱਟ ਕੱਟ ਲੱਗੂਗੀ ਵਿਚਾਰੇ ਨੂੰ ਜੇ ਸੱਟ ਨਾ ਲੱਗੀ ਤਾਂ ਮਰੂੰਗਾ ਕਿਵੇਂ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਆ ਤਾਂ ਸਾਨੂੰ ਪਤਾ ਨਾ ਪੁਲਿਸ ਨੂੰ ਥੋੜੀ ਪਤਾ ਕਿ ਆ ਮਰਨ ਤੋਂ ਪਹਿਲਾਂ ਮਰਿਆ ਹੋਇਆ
ਇਹਦਾ ਮਤਲਬ ਹੈ ਕਿ ਅਸੀਂ ਇਹਨੂੰ ਪਹਾੜੀ ਤੋਂ ਡਿੱਗਾਂਗੇ। ਇਸ ਤਰ੍ਹਾਂ ਫਿਰ ਪੁਲਿਸ ਨੂੰ ਲੱਗੂਗਾ ਮਰਡਰ ਨਹੀਂ ਆਤਮਾ ਹੱਤਿਆ ਹੋਈ ਹੈ, ਪੁਲਿਸ ਤੋਂ ਵੀ ਬਚ ਜਾਂਗੇ। ਹਾਂ ਬੜੀ ਛੇਤੀ ਸਮਝ ਆ ਗਿਆ, ਹੁਣ ਡਿੱਗੀ। ਹਾਂਜੀ ਲਓ ਜੀ ਕਾਟਰ ਸਾਹਿਬ ਤੁਹਾਡੀ ਡੋਲੀ ਤੇ ਆ ਗਈ ਹੈ, ਹੁਣ ਖਾਲੀ ਫੁੱਲ ਲਾਉਣ ਵਾਲੇ ਰਹਿ ਗਏ। ਉਹ ਜਿੱਡੀ ਸ਼ਿੱਦਤ ਨਾਲ ਤੂੰ ਕੁੱਤੇ ਦੀਆਂ ਆਵਾਜ਼ਾਂ ਕੱਢ ਰਿਹਾ, ਉਹ ਕਿਧਰੇ ਦੇ ਸਾਹ ਨਾ ਪਾ ਦੀ। ਤੁਸੀਂ ਵੀ ਨਾ ਭਾਈ ਸਾਹਿਬ, ਮੈਨੂੰ ਤਾਂ ਫਿਕਰ ਲੱਗਿਆ ਪਿਆ ਹੁਣ ਤੱਕ ਆਏ ਕਿਉਂ ਨੀ ਉਹ। ਮੈਂ ਤੇ ਕਹਿੰਦਾ ਲਓ 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 ਆ ਹੀ ਗਏ ਨੇ। ਕਿੱਡੀ ਉਮਰ ਹੈ ਤੁਹਾਡੀ, ਜਾਂ ਹੁਣ ਤੁਹਾਨੂੰ ਯਾਦ ਕੀਤਾ ਤੇ ਤੁਸੀਂ ਆ ਹੀ ਗਏ। ਸ਼ੁਕਰ ਹੈ ਮੈਨੂੰ ਯਾਦ ਨਹੀਂ ਕੀਤਾ, ਨਹੀਂ ਕਾਟਰ ਸਾਹਿਬ ਦੀ ਥਾਂ ਤੇ ਮੈਂ ਬੈਠੇ ਹੋਣਾ ਸੀਗਾ। ਸਾਰੀ ਤਿਆਰੀ ਹੋ ਗਈ, ਕੇਕ ਪੈ ਗਿਆ। ਓਕੇ ਤੇ ਹੁਣ ਇਹ ਤੇ ਦੱਸੋ ਵੀ ਸਕੀਮ ਕੀ ਹੈ। ਸਕੀਮ ਨੂੰ ਆਪਾਂ ਇੱਥੇ ਕਲੋਨੀ ਕੱਟਣੀ। ਨਹੀਂ ਆ ਤਾਰਾ ਹੈ ਤਿਆਰ ਆ ਰਹਾ ਹੈ। ਅੱਛਾ ਮੈਂ ਸਮਝਿਆ ਇਹ ਫ੍ਰਿਜ ਨੇ। ਉਹ ਆਪਾਂ ਇਹਨਾਂ ਦੇ ਨਾਂ ਰੱਖੇ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਠੀਕ ਹੈ ਵੈਰੀ ਗੁੱਡ। ਹੁਣ ਸੁਣੋ, ਆਪਾਂ ਕਾਟਰ ਦੀ ਲਾਸ਼ ਨੂੰ ਤਾਰਾ 'ਚ ਰੱਖ ਕੇ ਰਾਰਾ ਦੀ ਥਾਂ 'ਤੇ ਲੈ ਕੇ ਜਾਣਾ, ਅਤੇ ਰਾਰਾ ਨੂੰ ਤਾਰਾ ਦੀ ਥਾਂ 'ਤੇ ਲੈ ਕੇ ਜਾਣਾ, ਅਤੇ ਧਿਆਨ ਰੱਖਿਓ ਕਿ ਤਾਰਾ ਰਾਰਾ ਦੀ ਥਾਂ 'ਤੇ ਅਤੇ ਰਾਰਾ ਤਾਰਾ ਦੀ ਥਾਂ 'ਤੇ ਨਾ ਚੱਲ ਜੇ, ਵਰਨਾ ਤਾਰਾ ਰਾਰਾ ਹੋ ਜਾਊ। ਸਮਝ ਗਏ? ਨਹੀਂ ਨਹੀਂ।